ਸਤਿ ਸ਼੍ਰੀ ਅਕਾਲ ਜੀ, ਤੁਸੀਂ ਪ੍ਰਾਈਮ ਮਿਨਿਸਟਰ ਟੈਲੀਵਿਜ਼ਨ ਦੇਖ ਰਹੇ ਹੋ। ਮੈਂ ਹਾਂ ਸਵਰਨ ਸਿੰਘ ਟਹਿਣਾ ਅਤੇ ਹਰ ਰੋਜ਼ ਦੀ ਤਰ੍ਹਾਂ ਹੀ ਪ੍ਰੋਗਰਾਮ ਖਬਰ ਦੀ ਖਬਰ ਲੈ ਕੇ ਹਾਜ਼ਰ ਹਾਂ। ਪਹਿਲੀ ਵੱਡੀ ਖਬਰ ਦੇ ਵੱਲ ਜਾਣ ਤੋਂ ਪਹਿਲਾਂ ਪੰਜਾਬ ਦੇ ਮੌਸਮ ਦੀ ਹਾਲ ਬਿਆਨੀ। ਅੱਜ ਪੰਜਾਬ ਦੇ ਵਿੱਚ ਕਈ ਹਿੱਸਿਆਂ 'ਚ ਮੀਂਹ ਪੈਣ ਦੀ ਖਬਰ ਪ੍ਰਾਪਤ ਹੋਈ ਹੈ। ਤਰਨ ਤਾਰਨ ਅਤੇ ਆਲੇ ਦੁਆਲੇ ਦੇ ਕੁਝ ਖੇਤਰਾਂ ਦੇ ਵਿੱਚ ਕੁਝ ਪਿੰਡਾਂ ਦੇ ਵਿੱਚ ਗੜੇਮਾਰੀ ਵੀ ਹੋਈ ਹੈ। ਗੜੇਮਾਰੀ ਹਲਕੇ ਤੋਂ ਲੈ ਕੇ ਦਰਮਿਆਨੇ ਪੱਧਰ ਦੀ ਹੋਈ ਹੈ। ਕਈ ਥਾਵਾਂ ਦੇ ਉੱਤੇ ਅੱਜ ਕਿਣਮਣ ਕਿਣਮਣ ਹੀ ਹੋਈ, ਜਿਵੇਂ ਕਿ ਜਲੰਧਰ ਦੇ ਵਿੱਚ ਅਤੇ ਦੁਆਬੇ ਦੇ ਕੁਝ ਹਿੱਸਿਆਂ ਦੇ ਵਿੱਚ ਅੱਜ ਥੋੜ੍ਹਾ ਮੀਂਹ ਪਿਆ, ਕੱਲ੍ਹ ਕਾਫੀ ਪੈ ਗਿਆ ਸੀ, ਪਰ ਪੰਜਾਬ ਦੇ ਕੁਝ ਕੁ ਹਿੱਸਿਆਂ ਦੇ ਵਿੱਚ ਅੱਜ ਦਰਮਿਆਨੇ ਪੱਧਰ ਦਾ ਵੀ ਮੀਂਹ ਪਿਆ। ਇਸ ਮੀਂਹ ਦੇ ਕਰਕੇ ਪ੍ਰਦੂਸ਼ਣ ਦੀ ਪਰਤ ਆ ਜਿਹੜੀ ਕਾਫੀ ਹੱਦ ਤੱਕ ਘਟੀ ਹੈ, ਪਰ ਇਸ ਮੀਂਹ ਦੇ ਕਰਕੇ ਇੱਕਦਮ ਠੰਡ ਨੇ ਜ਼ੋਰ ਫੜ ਲਿਆ, ਯਾਨੀ ਕਿ ਹੁਣ ਅਸਲ ਅਰਥਾਂ ਦੇ ਵਿੱਚ ਪਾਲਾ ਜਿਹੜਾ ਉਹ ਲੱਗਣਾ ਸ਼ੁਰੂ ਹੋ ਗਿਆ। ਹੁਣ ਰਜਾਈਆਂ ਤੋਂ ਬਿਨਾਂ ਸਰਦਾ ਨਹੀਂ, ਅਤੇ ਜੇਕਰ ਦੁਪਹਿਰ ਦੇ ਵੇਲੇ ਵੀ ਜਾਂ ਸਵੇਰ ਦੇ ਵੇਲੇ ਵੀ ਤੁਸੀਂ ਮੋਟੇ ਲੀੜੇ ਪਾ ਕੇ ਨਹੀਂ ਨਿਕਲਦੇ ਤਾਂ ਦੋ ਪਹੀਆ ਵਾਹਨ ਦੇ ਉੱਤੇ ਤੁਹਾਨੂੰ ਠਾਰੀ ਚੜ੍ਹਦੀ ਹੈ, ਤੁਹਾਨੂੰ ਸਿਰੇ ਦਾ ਪਾਲਾ ਲੱਗਦਾ। ਸੋ ਮੌਸਮ ਵਿਭਾਗ ਨੇ ਗੱਲ ਕਹੀ ਹੈ ਕਿ ਆਉਂਦੇ 24 ਘੰਟਿਆਂ ਦੇ ਵਿੱਚ ਪੰਜਾਬ ਦੇ ਵਿੱਚ ਬੱਦਲਵਾਈ ਰਹਿਣੀ ਹੈ ਅਤੇ ਕਈ ਥਾਵਾਂ ਦੇ ਉੱਤੇ ਕਿਣਮਣ ਕਿਣਮਣ ਹੋਣ ਦੀ ਫਿਰ ਸੰਭਾਵਨਾ ਹੈ। ਸੋ ਬਚਾਅ ਦੇ ਵਿੱਚ ਬਚਾਅ ਅਤੇ ਆਪਣੀ ਸਿਹਤ ਦਾ ਖਿਆਲ ਇਸ ਠੰਡ ਦੇ ਵਿੱਚ ਰੱਖਣਾ ਜ਼ਰੂਰੀ ਹੈ। ਅਤੇ ਹੁਣ ਜੇ ਪਹਿਲੀ ਵੱਡੀ ਖਬਰ ਦੇ ਵੱਲ ਜਾਂਦੇ ਹਾਂ ਤਾਂ ਉਹ ਕੈਨੇਡਾ ਦੇ ਵਿੱਚ ਪੰਜਾਬੀਆਂ ਦੇ ਵੱਲੋਂ ਕੀਤੇ ਗਏ ਕੰਮਾਂ ਦੇ ਨਾਲ ਸੰਬੰਧਿਤ ਹੈ। ਪਹਿਲੀ ਤਾਂ ਗੱਲ ਬੜੀ ਸਾਫ਼ ਅਤੇ ਸਪਸ਼ਟ ਹੈ ਕਿ ਅਸੀਂ ਸਾਰੇ ਹੀ ਉਹਨਾਂ ਪੰਜਾਬੀਆਂ ਦੀ ਕਦਰ ਕਰਦੇ ਹਾਂ ਜਿਹੜੇ ਦੁਨੀਆ ਦੇ ਵੱਖ ਵੱਖ ਹਿੱਸਿਆਂ ਦੇ ਵਿੱਚ ਗਏ ਆ, ਆਪਣੀ ਜੰਮਣ ਭੋਏ ਨੂੰ ਛੱਡ ਕੇ ਮਜਬੂਰੀ ਦੇ ਵਿੱਚ ਗਏ ਆ, ਉਹ ਚੰਗੇ ਭਵਿੱਖ ਦੀ ਆਸ ਦੇ ਵਿੱਚ ਗਏ ਆ, ਅਤੇ ਉਹਨਾਂ ਦੇ ਵਿੱਚੋਂ ਬਹੁਤੇ ਪੰਜਾਬੀਆਂ ਨੇ ਦਿਨ ਰਾਤ ਮਿਹਨਤ ਕਰਕੇ ਸ਼ਿਫਟਾਂ ਲਾ ਕੇ ਆਪਣੇ ਪੰਜਾਬ ਦਾ ਨਾਂ ਵੀ ਰੁਸ਼ਨਾਇਆ, ਆਪਣੇ ਟੱਬਰ ਦੀ ਗਰੀਬੀ ਵੀ ਕੱਢੀ ਹੈ। ਉਹਨਾਂ ਦੇ ਵੱਲੋਂ ਲੋੜਵੰਦਾਂ ਦੀ ਮਦਦ ਵੀ ਕੀਤੀ ਗਈ ਹੈ। ਅਤੇ ਅੱਜ ਵੀ ਮੈਂ ਇਹ ਗੱਲ ਸੋਚਦਾ ਹਮੇਸ਼ਾ ਕਿ ਜੇਕਰ ਪ੍ਰਵਾਸੀ ਭੈਣਾਂ ਵੀਰ ਨਾ ਆਪਣੇ ਪੰਜਾਬ ਨਗਰ ਖੇੜੇ ਜੰਮਣ ਭੋਏ ਦੇ ਬਾਰੇ ਸੋਚਣ ਤਾਂ ਸਰਕਾਰਾਂ ਨੇ ਬਹੁਤਾ ਕੁਝ ਨਹੀਂ ਕੀਤਾ। ਜੋ ਕੁਝ ਸਰਕਾਰਾਂ ਕਰਦੀਆਂ ਉਹਦੇ ਨਾਲੋਂ ਦੁੱਗਣਾ ਆਪਣੇ ਪਿੰਡਾਂ ਦੇ ਲਈ, ਆਪਣੇ ਖੇਤਰ ਦੇ ਲਈ ਸਾਡੇ ਪ੍ਰਵਾਸੀ ਭੈਣਾਂ ਵੀਰ ਕਰ ਦਿੰਦੇ ਆ। ਪਰ ਨਾਲ ਨਾਲ ਇਹਦੇ ਕੁਝ ਕੁ ਹੋਰ ਵੀ ਖਬਰਾਂ ਪ੍ਰਾਪਤ ਹੁੰਦੀਆਂ, ਜਿਵੇਂ ਅਸੀਂ ਕਹਿੰਦੇ ਹਾਂ ਕਿ ਜਿੱਥੇ ਵੀ ਗਏ ਪੰਜਾਬੀ ਉਹਨਾਂ ਨੇ ਨਵਾਂ ਪੰਜਾਬ ਵਸਾ ਲਿਆ। ਜੋ ਸਾਡੀਆਂ ਇੱਥੇ ਆਦਤਾਂ ਸੀ ਉਹ ਵੀ ਤਾਂ ਅਸੀਂ ਨਵੀਂ ਥਾਂ ਦੇ ਉੱਤੇ ਨਾਲ ਹੀ ਲੈ ਕੇ ਗਏ ਹਾਂ। ਹੁਣ ਇਹਦਾ ਮਤਲਬ ਇਹ ਤਾਂ ਹੋ ਨਹੀਂ ਸਕਦਾ ਕਿ ਅਸੀਂ ਜਿਹੜੀਆਂ ਮਾੜੀਆਂ ਆਦਤਾਂ ਉਹ ਦਿੱਲੀ ਵਾਲੀ ਏਅਰਪੋਰਟ ਦੇ ਉੱਤੇ ਛੱਡ ਦਈਏ ਤਾਂ ਇੱਕ ਨਵਾਂ ਮਨੁੱਖ ਆ ਜਿਹੜਾ ਉਹ ਪਰਲੇ ਪਾਰ ਜਾ ਕੇ ਕਿਸੇ ਵੀ ਦੇਸ਼ ਦੇ ਵਿੱਚ ਉਤਰੇ, ਉਹ ਭਾਵੇਂ ਨਿਊਜ਼ੀਲੈਂਡ ਹੋਵੇ, ਭਾਵੇਂ ਆਸਟ੍ਰੇਲੀਆ, ਭਾਵੇਂ ਇੰਗਲੈਂਡ, ਭਾਵੇਂ ਅਮਰੀਕਾ, ਭਾਵੇਂ ਕੈਨੇਡਾ, ਭਾਵੇਂ ਦੁਬਈ ਹੋਵੇ, ਪਰ ਜਦੋਂ ਹੁਣ ਮਾੜੀਆਂ ਆਦਤਾਂ ਨਾਲ ਜਾਂਦੀਆਂ ਉਹਦੇ ਕਰਕੇ ਸਾਡਾ ਸਮੁੱਚੇ ਪੰਜਾਬੀਆਂ ਦਾ ਅਕਸ ਕਿਵੇਂ ਖਰਾਬ ਹੁੰਦਾ, ਇਹਦੇ ਵੱਲ ਜ਼ਰੂਰ ਖਿਆਲ ਕਰਨਾ ਚਾਹੀਦਾ। ਭਾਵੇਂ ਕਿ ਇੱਕੜ ਦੁੱਕੜ ਹਰ ਸਮਾਜ ਦੇ ਵਿੱਚ ਹਰ ਥਾਂ ਦੇ ਉੱਤੇ ਲੋਕ ਹੁੰਦੇ ਆ ਜਿਹੜੇ ਕਿ ਅਨੈਤਿਕ ਗੱਲਾਂ ਕਰਦੇ ਆ, ਜਿਹੜੇ ਕਿ ਹੋਛੀਆਂ ਗੱਲਾਂ ਕਰਦੇ ਆ, ਜਿਹੜੇ ਕਿ ਬਦਮਾਸ਼ੀਆਂ ਵੀ ਕਰਦੇ ਆ, ਜਿਨ੍ਹਾਂ ਦੇ ਵੱਲੋਂ ਚੰਗੇ ਤੋਂ ਉਲਟ ਚੱਲਿਆ ਜਾਂਦਾ, ਪਰ ਉਹਦੇ ਕਰਕੇ ਸਮੁੱਚੀ ਕਮਿਊਨਿਟੀ, ਸਮੁੱਚੇ ਭਾਈਚਾਰੇ ਦੇ ਨਾਂ ਦੀ ਜਿਵੇਂ ਬਦਨਾਮੀ ਹੁੰਦੀ ਹੈ, ਜਿਵੇਂ ਮੀਡੀਆ ਦੇ ਵਿੱਚ ਖਬਰਾਂ ਆਉਂਦੀਆਂ, ਕਿਉਂਕਿ ਹੁਣ ਸੋਸ਼ਲ ਮੀਡੀਆ ਦਾ ਜ਼ਮਾਨਾ, ਲਗਾਤਾਰ ਖਬਰਾਂ ਆਉਂਦੀਆਂ ਕਿ ਫਲਾਣੇ ਭਾਈਚਾਰੇ ਦੇ ਲੋਕ ਇਹੋ ਜਿਹੇ ਆ, ਫਲਾਣੇ ਭਾਈਚਾਰੇ ਦੇ ਲੋਕਾਂ ਨੇ ਆਹ ਕਰਤੂਤ ਕੀਤੀ ਆ, ਉਹਨਾਂ ਦੀਆਂ ਹਰਕਤਾਂ ਦੇ ਕਰਕੇ ਆਹ ਕੁਝ ਉੱਥੋਂ ਦੇ ਵਸਨੀਕ ਸੋਚ ਰਹੇ ਜਿਹੜੇ ਕਿ ਉਸ ਖੇਤਰ ਦੇ ਪੱਕੇ ਲੋਕ ਹੈ। ਇਹੀ ਕੁਝ ਹੁਣ ਪੰਜਾਬੀਆਂ ਦੇ ਮਤਲਬ ਆਉਣਾ ਸ਼ੁਰੂ ਹੋਇਆ। ਇਹ ਗੱਲ ਕੌੜ ਮੰਨਣ ਵਾਲੀ ਨਹੀਂ, ਇਸ ਗੱਲ ਨੂੰ ਕਬੂਲ ਕਰਨਾ ਚਾਹੀਦਾ ਕਿ ਸਾਡੇ ਵਿੱਚੋਂ ਕੁਝ ਇੱਕ ਲੋਕ ਇਹੋ ਜਿਹੀਆਂ ਹੋਛੀਆਂ ਹਰਕਤਾਂ ਕਰਦੇ ਬਾਹਰ ਜਾ ਕੇ, ਇਹੋ ਜਿਹੀਆਂ ਗਲਤ ਗੱਲਾਂ ਕਰਦੇ ਬਾਹਰ ਜਾ ਕੇ ਜਿਹਦੇ ਕਰਕੇ ਸੋਸ਼ਲ ਮੀਡੀਆ ਦੇ ਉੱਤੇ ਖਬਰਾਂ ਦੇ ਸਿਰਲੇਖ ਹੁੰਦੇ ਆ। ਕੈਨੇਡਾ ਦੇ ਵਿੱਚ ਪੰਜਾਬੀਆਂ ਨੇ ਪਾਇਆ ਗੰਧ, ਕੈਨੇਡਾ ਦੇ ਵਿੱਚ ਮੁੰਡੇ ਫਿਰ ਲੜ ਪਏ ਪੰਜਾਬੀ, ਕੈਨੇਡਾ ਦੇ ਵਿੱਚ ਉਹਨਾਂ ਨੇ ਕੋਈ ਇਸ ਤਰੀਕੇ ਦੀਆਂ ਹਰਕਤਾਂ ਕੀਤੀਆਂ ਜਿਹਦੇ ਕਰਕੇ ਉੱਥੋਂ ਦੇ ਅਸਲ ਵਸਨੀਕ ਆ ਜਿਹੜੇ ਉਹਨਾਂ ਦੇ ਅੰਦਰ ਖੌਫ ਪਾਇਆ ਜਾ ਰਿਹਾ। ਇਹਨਾਂ ਸਾਰੀਆਂ ਖਬਰਾਂ ਤੋਂ ਬਾਅਦ ਜਿਹੜੇ ਇੱਥੇ ਮਾਪੇ ਵਸਦੇ ਆ, ਜਿਨ੍ਹਾਂ ਦੇ ਮਨ ਦੇ ਵਿੱਚ ਇਹ ਆ ਕਿ ਅਸੀਂ ਆਪਣੀ ਧੀ ਅਤੇ ਅਸੀਂ ਆਪਣੇ ਪੁੱਤ ਨੂੰ ਕਰਜ਼ਾ ਲੈ ਕੇ ਬਾਹਰ ਭੇਜਿਆ, ਉਹਨਾਂ ਨੂੰ ਡਰ ਹੁੰਦਾ ਕਿਤੇ ਸਾਡੇ ਧੀਆਂ ਪੁੱਤ ਵੀ ਇਸ ਰਾਹ ਦੇ ਉੱਤੇ, ਇਸ ਲੀਹ ਦੇ ਉੱਤੇ ਨਾ ਤੁਰ ਪੈਣ। ਇਹ ਨਾ ਹੋਵੇ ਜਿਹੜਾ 15-20 ਲੱਖ ਰੁਪਈਆ ਕਰਜ਼ਾ ਫੜਿਆ ਉਹ ਵੀ ਡੁੱਬ ਜਾਵੇ, ਇਹ ਨਾ ਹੋਵੇ ਸਾਡਾ ਧੀ ਪੁੱਤ ਆ ਜਿਹੜਾ ਉਹ ਵਾਪਸੀ ਨਾ ਆਵੇ, ਇਹ ਨਾ ਹੋਵੇ ਚੰਗਾ ਸੋਚਦੇ ਸੋਚਦੇ ਅਸੀਂ ਹੋਰ ਮਾੜਾ ਕਰਵਾ ਬੈਠੀਏ। ਪਿਛਲੇ 3-4 ਦਿਨਾਂ ਤੋਂ ਲਗਾਤਾਰ ਇਹੋ ਜਿਹੀਆਂ ਖਬਰਾਂ ਆ ਰਹੀਆਂ ਜਿਹੜੀਆਂ ਅੰਦਰੇ ਨੂੰ ਨਿਚੋੜ ਕੇ ਰੱਖ ਦਿੰਦੀਆਂ। ਕਦੇ ਖਬਰ ਇਹ ਆਉਂਦੀ ਹੈ ਕਿ ਕੈਨੇਡਾ ਦੀ ਇੱਕ ਸੜਕ ਦੇ ਉੱਤੇ ਇੱਕ ਪੰਜਾਬੀ ਸੱਜਣ ਆ ਜਿਹੜਾ ਉਹ ਇੱਕ ਔਰਤ ਨੂੰ ਲੱਤਾਂ ਮਾਰ ਮਾਰ ਕੇ ਕੁੱਟ ਰਿਹਾ। ਕਦੇ ਖਬਰ ਆਉਂਦੀ ਹੈ ਕਿ ਸਰੀ ਦੇ ਵਿੱਚ ਇੱਕ ਪੰਜਾਬਣ ਕੁੜੀ ਆ ਜਿਹੜੀ ਕਿ 3-4 ਵਰੇ ਪਹਿਲਾਂ ਉੱਥੇ ਪੜ੍ਹਨ ਦੇ ਲਈ ਗਈ ਸਰੀ ਦੇ ਵਿੱਚ ਅਤੇ ਉਹਦਾ ਕਤਲ ਕਰ ਦਿੱਤਾ ਗਿਆ। ਕਦੇ ਖਬਰ ਆਉਂਦੀ ਹੈ ਜੀ ਕਿ ਸਰੀ ਦੇ ਵੱਲ ਜਿਹੜੇ ਲੜਾਈ ਕਰਨ ਵਾਲੇ ਪੰਜਾਬੀ ਮੁੰਡੇ ਆ ਉਹਨਾਂ ਦੇ ਵਿੱਚੋਂ 3 ਨੂੰ ਡਿਪੋਰਟ ਕਰ ਦਿੱਤਾ ਗਿਆ, ਦੋਵਾਂ 3 ਦੀ ਤਿਆਰੀ ਹੈ। ਇਹਨਾਂ ਸਾਰੀਆਂ ਖਬਰਾਂ ਤੋਂ ਬਾਅਦ ਇੱਥੇ ਬੈਠੇ ਮਾਪਿਆਂ ਦੇ ਅੰਦਰ 100 ਤਰ੍ਹਾਂ ਦੇ ਸਵਾਲ ਕਿਹੜੀ ਗੱਲੋਂ ਨਾ ਪੈਦਾ ਹੋਣ। ਪਹਿਲਾਂ ਇਸ ਰਿਪੋਰਟ ਦਾ ਵੇਰਵਾ ਸਾਂਝਾ ਕਰਦੇ ਹਾਂ, ਬਾਅਦ ਵਿੱਚ ਕਰਾਂਗੇ ਟਿੱਪਣੀ। ਕੈਨੇਡਾ ਦੇ ਸ਼ਹਿਰ ਸਰੀ ਦੇ ਵਿੱਚ ਜਲੰਧਰ ਦੇ ਲਾਂਬੜਾ ਖੇਤਰ ਦੀ ਰਹਿਣ ਵਾਲੀ ਲੜਕੀ ਪ੍ਰਭਲੀਨ ਦੀ ਲਾਸ਼ ਮਿਲਣ ਤੋਂ ਬਾਅਦ ਉੱਥੋਂ ਇੱਕ 18 ਸਾਲਾ ਨੌਜਵਾਨ ਦੀ ਲਾਸ਼ ਬਰਾਮਦ ਕੀਤੀ ਗਈ ਹੈ। ਕੈਨੇਡਾ ਦੇ ਇੱਕ ਨਿਊਜ਼ ਵੈੱਬ ਪੋਰਟਲ ਦੇ ਹਵਾਲੇ ਤੋਂ ਪਤਾ ਲੱਗਾ ਕਿ ਕੈਨੇਡਾ ਪੁਲਿਸ ਨੂੰ ਪ੍ਰਭਲੀਨ ਦੀ ਰੈਂਟਡ ਅਕੋਮੋਡੇਸ਼ਨ
ਤੋਂ ਪ੍ਰਭਲੀਨ ਦੀ ਡੈੱਡ ਬਾਡੀ ਤੋਂ ਇਲਾਵਾ 18 ਸਾਲਾਂ ਨੌਜਵਾਨ ਦੀ ਲਾਸ਼ ਵੀ ਬਰਾਮਦ ਹੋਈ ਹੈ। ਹਾਲਾਂਕਿ ਨੌਜਵਾਨ ਦੀ ਪਛਾਣ ਦਾ ਖੁਲਾਸਾ ਨਹੀਂ ਕੀਤਾ ਗਿਆ। ਸ਼ੁਰੂਆਤੀ ਜਾਂਚ ਦੇ ਵਿੱਚ ਪੁਲਿਸ ਦਾ ਇਹ ਕਹਿਣਾ ਕਿ ਦੋਵੇਂ ਜਾਣੇ ਇੱਕ ਦੂਜੇ ਨੂੰ ਸ਼ਾਇਦ ਜਾਣਦੇ ਸਨ। ਪੋਰਟਲ ਦਾ ਦਾਅਵਾ ਹੈ ਕਿ ਕੈਨੇਡਾ ਪੁਲਿਸ ਜਲਦੀ ਹੀ ਹੱਤਿਆ ਦੇ ਮਾਮਲੇ ਵਿੱਚ ਨਵਾਂ ਖੁਲਾਸਾ ਕਰ ਸਕਦੀ ਹੈ। ਜਲੰਧਰ ਸ਼ਹਿਰ ਦੀ ਰਹਿਣ ਵਾਲੀ ਪ੍ਰਭਲੀਨ 2016 ਦੇ ਵਿੱਚ ਕੈਨੇਡਾ ਪੜ੍ਹਾਈ ਕਰਨ ਵਾਸਤੇ ਗਈ ਸੀ। ਪੜ੍ਹਾਈ ਖਤਮ ਹੋਣ ਤੋਂ ਬਾਅਦ ਉਸ ਨੇ ਉੱਥੇ ਨੌਕਰੀ ਕਰਨੀ ਸ਼ੁਰੂ ਕਰ ਦਿੱਤੀ। 24 ਨਵੰਬਰ 2019 ਨੂੰ ਕਿਸੇ ਨੇ ਪ੍ਰਭਲੀਨ ਦੀ ਹੱਤਿਆ ਕਰ ਦਿੱਤੀ। ਇਸ ਦੀ ਸੂਚਨਾ ਕੈਨੇਡਾ ਪੁਲਿਸ ਦੇ ਵੱਲੋਂ ਪ੍ਰਭਲੀਨ ਦੇ ਟੱਬਰ ਨੂੰ ਦਿੱਤੀ ਗਈ। ਮ੍ਰਿਤਕਾਂ ਦੇ ਪਿਤਾ ਗੁਰਦਿਆਲ ਸਿੰਘ ਨੇ ਦੱਸਿਆ ਕਿ ਪ੍ਰਸ਼ਾਸਨ ਨੇ ਉਹਨਾਂ ਨਾਲ ਕੋਈ ਸੰਪਰਕ ਨਹੀਂ ਕੀਤਾ। ਉਹਨਾਂ ਨੂੰ ਨਹੀਂ ਪਤਾ ਕਿ ਉਹ ਆਪਣੀ ਧੀ ਦੀ ਮ੍ਰਿਤਕ ਦੇ ਕਿਵੇਂ ਭਾਰਤ ਦੇ ਵਿੱਚ ਵਾਪਸ ਲਿਆ ਸਕਦੇ ਨੇ। ਦੂਜੇ ਪਾਸੇ ਕੈਨੇਡਾ ਦੇ ਬ੍ਰੈਂਪਟਨ ਸ਼ਹਿਰ ਤੋਂ ਬੀਤੇ ਕੁਝ ਦਿਨਾਂ ਤੋਂ ਇੱਕ ਵੀਡੀਓ ਵਾਇਰਲ ਹੋ ਰਹੀ ਹੈ ਜਿਸ ਵਿੱਚ ਇੱਕ ਪੰਜਾਬੀ ਵਿਅਕਤੀ ਇੱਕ ਔਰਤ ਨਾਲ ਘਰ ਦੇ ਬਾਹਰ ਸੜਕ ਦੇ ਉੱਤੇ ਬੁਰੀ ਤਰ੍ਹਾਂ ਕੁੱਟਮਾਰ ਕਰਦਾ ਦਿਖਾਈ ਦੇ ਰਿਹਾ। ਜਾਣਕਾਰੀ ਦੇ ਮੁਤਾਬਕ 37 ਸਾਲਾ ਇਹ ਵਿਅਕਤੀ ਬ੍ਰੈਂਪਟਨ ਦਾ ਵਸਨੀਕ ਹੈ ਅਤੇ ਵੀਡੀਓ ਵਾਇਰਲ ਹੋਣ ਤੋਂ ਬਾਅਦ ਪੀਲ ਪੁਲਿਸ ਨੇ ਕਾਰਵਾਈ ਕਰਦਿਆਂ ਉਸ ਨੂੰ ਗ੍ਰਿਫਤਾਰ ਕਰ ਲਿਆ। ਪੀਲ ਪੁਲਿਸ ਦੇ ਵੱਲੋਂ ਦਿੱਤੀ ਗਈ ਜਾਣਕਾਰੀ ਦੇ ਮੁਤਾਬਕ ਇਹ ਵੀਡੀਓ 23 ਨਵੰਬਰ ਦੀ ਹੈ ਅਤੇ ਅਗਲੇ ਹੀ ਦਿਨ 24 ਨਵੰਬਰ ਨੂੰ ਇਸ ਘਟਨਾ ਦੀ ਵੀਡੀਓ ਸੋਸ਼ਲ ਮੀਡੀਆ ਦੇ ਉੱਤੇ ਵਾਇਰਲ ਹੋਣੀ ਸ਼ੁਰੂ ਹੋ ਗਈ। ਬਾਅਦ ਦੇ ਵਿੱਚ ਭਾਈਚਾਰੇ ਦੇ ਕਈ ਮੈਂਬਰਾਂ ਵੱਲੋਂ ਪੀਲ ਪੁਲਿਸ ਨੂੰ ਸ਼ਿਕਾਇਤ ਕੀਤੀ ਗਈ ਸੀ। ਇਸ ਤੋਂ ਬਾਅਦ ਪੁਲਿਸ ਨੇ 37 ਸਾਲਾ ਬ੍ਰੈਂਪਟਨ ਵਾਸੀ ਨੂੰ ਗ੍ਰਿਫਤਾਰ ਕਰ ਲਿਆ ਅਤੇ ਲੰਘੀ 24 ਨਵੰਬਰ ਨੂੰ ਓਨਟਾਰੀਓ ਕੋਰਟ ਆਫ ਜਸਟਿਸ ਦੇ ਵਿੱਚ ਪੇਸ਼ ਕੀਤਾ ਗਿਆ। ਪੁਲਿਸ ਵੱਲੋਂ ਹਾਲੇ ਤੱਕ ਕੋਈ ਨਾਂ ਜਨਤਕ ਨਹੀਂ ਕੀਤਾ ਗਿਆ ਅਤੇ ਇਸ ਮਾਮਲੇ ਦੀ ਪੜਤਾਲ ਹੁਣ ਕੀਤੀ ਜਾ ਰਹੀ ਹੈ। ਇਸ ਖਬਰ ਦੇ ਉੱਤੇ ਟਿੱਪਣੀ ਕਰਦਿਆਂ ਦੋਸਤੋ, ਪਹਿਲੀ ਗੱਲ ਤਾਂ ਅਸੀਂ ਕਹਾਂਗੇ ਕਿ ਜੋ ਸਰੀ ਸ਼ਹਿਰ ਦੇ ਵਿੱਚ ਪ੍ਰਭਲੀਨ ਕੁੜੀ ਦੀ ਹੱਤਿਆ ਹੋਈ ਹੈ, ਇਸ ਮਾਮਲੇ ਦੇ ਉੱਤੇ ਕੈਨੇਡਾ ਦੀ ਪੁਲਿਸ ਨੇ ਹਾਲੇ ਤੱਕ ਕੋਈ ਬਹੁਤੀ ਜਾਣਕਾਰੀ ਨਹੀਂ ਦਿੱਤੀ। ਉਹਨਾਂ ਨੇ ਇਹ ਗੱਲ ਕਹੀ ਹੈ ਜੀ ਕਿ ਸਾਨੂੰ ਕੁਝ ਕੁ ਦਿਨ ਚਾਹੀਦੇ ਆ, ਉਸ ਤੋਂ ਬਾਅਦ ਅਸੀਂ ਸਭ ਕੁਝ ਖੋਲ੍ਹ ਕੇ ਰੱਖਾਂਗੇ ਵੀ ਕੀ ਕਾਰਨ ਸੀ, ਕਿਹੜੀ ਵਜ੍ਹਾ ਕਰਕੇ ਕਤਲ ਹੋਇਆ, ਉੱਥੇ ਇੱਕ ਨੌਜਵਾਨ ਸੀ ਉਹਦਾ ਵੀ ਕਿਉਂ ਕਤਲ ਹੋਇਆ, ਜਾਂ ਉਹਨੇ ਵੀ ਕੁਝ ਖਾਧਾ, ਜਾਂ ਕੀ ਹੋਇਆ ਅਤੇ ਕੀ ਨਹੀਂ ਹੋਇਆ ਅਸੀਂ ਬਾਅਦ ਦੇ ਵਿੱਚ ਖੋਲ੍ਹ ਕੇ ਦੱਸ ਦਿਆਂਗੇ। ਪਰ ਅਸੀਂ ਪੀੜਤ ਪਰਿਵਾਰਕ ਮੈਂਬਰਾਂ ਦੇ ਨਾਲ ਹਮਦਰਦੀ ਦਾ ਇਜ਼ਹਾਰ ਕਰਦੇ ਹਾਂ। ਸਾਡੀ ਆਪਣੀ ਧੀ ਹੋਵੇ, ਸਾਡੇ ਟੱਬਰ ਦੇ ਜਾਂ ਰਿਸ਼ਤੇ ਦੇ ਵਿੱਚੋਂ ਕਿਸੇ ਖਾਨਦਾਨ ਦੇ ਵਿੱਚੋਂ ਕਿਸੇ ਦੀ ਧੀ ਜਾਂ ਇਹਦਾ ਪੁੱਤ ਹੋਵੇ, ਉਹ ਵਿਦੇਸ਼ ਦੇ ਵੱਲ ਭੇਜਿਆ ਹੋਵੇ, ਅੱਖਾਂ ਤੋਂ ਦੂਰ ਕੀਤਾ ਹੋਵੇ ਚੰਗੇ ਭਵਿੱਖ ਦੇ ਲਈ, ਬਾਅਦ ਦੇ ਵਿੱਚ ਉਹਦੀ ਮੌਤ ਦੀ ਖਬਰ ਪ੍ਰਾਪਤ ਹੋਵੇ, ਤਾਂ ਸਮਝ ਸਕਦੇ ਹਾਂ ਕਿ ਪਰਿਵਾਰਕ ਮੈਂਬਰਾਂ ਦੇ ਉੱਤੇ, ਮਾਪਿਆਂ ਦੇ ਉੱਤੇ ਕਿਹੜਾ ਪਹਾੜ ਆਣ ਡਿੱਗਦਾ। ਸੋ ਪੂਰਾ ਪੰਜਾਬ ਇਸ ਵਕਤ ਪ੍ਰਭਲੀਨ ਦੇ ਮਾਪਿਆਂ ਦੇ ਨਾਲ ਦੁੱਖ ਦੇ ਵਿੱਚ ਸ਼ਰੀਕ ਹੈ ਅਤੇ ਹੋਣਾ ਵੀ ਚਾਹੀਦਾ, ਕਿਉਂਕਿ ਭਵਿੱਖ ਦੇ ਵਿੱਚ ਕਿਸੇ ਨਾਲ ਇੱਦਾਂ ਨਾ ਹੋਵੇ। ਇਹਦੀ ਅਸੀਂ ਆਸ ਵੀ ਕਰਦੇ ਹਾਂ ਅਤੇ ਇਹਦੀ ਅਰਦਾਸ ਵੀ ਕਰਦੇ ਹਾਂ। ਪਰ ਬ੍ਰੈਂਪਟਨ ਸ਼ਹਿਰ ਦੇ ਵਿੱਚ ਜਿਸ ਤਰੀਕੇ ਦੇ ਨਾਲ ਇੱਕ ਪੰਜਾਬੀ ਦੇ ਵੱਲੋਂ ਕਰਤੂਤ ਕੀਤੀ ਗਈ ਆ, ਔਰਤ ਨੂੰ ਲੱਤਾਂ ਨਾਲ ਕੁੱਟਿਆ ਜਾ ਰਿਹਾ, ਉਹ ਔਰਤ ਨੂੰ ਫੁੱਟਬਾਲ ਦੇ ਵਾਂਗ ਕਿੱਕਾਂ ਮਾਰਦਾ। ਕੋਈ ਵੀ ਕਾਰਨ ਹੋਵੇ, ਭਾਵੇਂ ਉਹ ਕੁੜੀ ਕਿਰਾਏਦਾਰ ਹੋਵੇ ਔਰਤ, ਭਾਵੇਂ ਉਹ ਉਹਦੀ ਧਰਮ ਪਤਨੀ ਹੋਵੇ, ਭਾਵੇਂ ਉਹ ਰਿਸ਼ਤੇ ਦੇ ਵਿੱਚ ਕੁਝ ਹੋਰ ਲੱਗਦੀ ਹੋਵੇ, ਪਰ ਇਸ ਤਰੀਕੇ ਦੇ ਨਾਲ ਅਣਮਨੁੱਖੀ ਵਿਹਾਰ ਕਰਨਾ ਕਿੱਥੋਂ ਕੁ ਤੱਕ ਸ਼ੋਭਦਾ। ਅਸੀਂ ਪੰਜਾਬੀ ਹਾਂ ਜਿਹੜੇ, ਉਹ ਤਾਂ ਔਰਤ ਦੇ ਸਤਿਕਾਰ ਦੇ ਤੌਰ 'ਤੇ ਜਾਣੇ ਜਾਂਦੇ ਹਾਂ, ਵੀ ਔਰਤ ਦਾ ਸਤਿਕਾਰ ਬਹੁਤ ਕਰਦੇ ਹਾਂ। ਅਸੀਂ ਉਹ ਪੰਜਾਬੀ ਹਾਂ ਜਿਹੜੇ ਕਹਿੰਦੇ ਹਾਂ ਕਿ ਗੁਰੂ ਨਾਨਕ ਸਾਹਿਬ ਜੀ ਨੇ ਸਾਨੂੰ ਸੋਕ ਮੰਦਾ ਆਖੀਏ ਜਿੱਤ ਜੰਮੇ ਰਾਜਾਨ ਬਾਬਤ ਦੱਸਿਆ, ਪਰ ਅਸੀਂ ਹੀ ਪੰਜਾਬੀ ਜੋ ਕੁਝ ਇੱਥੇ ਕਰਦੇ ਹਾਂ ਉਹਨਾਂ ਦੇ ਵਿੱਚੋਂ ਕਈ ਬਾਹਰ ਜਾ ਕੇ ਵੀ ਹੋਈ ਕੁਝ ਕਰਦੇ ਹਾਂ। ਇਹਦੇ ਨਾਲ ਸਮੁੱਚੇ ਪੰਜਾਬੀ ਭਾਈਚਾਰੇ ਦੀ ਕਿੰਨੀ ਬਦਨਾਮੀ ਹੋਈ ਹੈ, ਇਹਦੇ ਬਾਬਤ ਸ਼ਾਇਦ ਉਹ 37 ਸਾਲ ਦੇ ਵਿਅਕਤੀ ਨੇ ਵੀ ਕਦੇ ਸੋਚਿਆ ਨਹੀਂ ਹੋਣਾ ਕਿ ਮੇਰੀ ਇਸ ਹਰਕਤ ਦੇ ਕਰਕੇ, ਮੇਰੀ ਇਸ ਮੂਰਖਤਾ ਦੇ ਕਰਕੇ ਸਮੁੱਚੇ ਭਾਈਚਾਰੇ ਦੇ ਉੱਤੇ ਕਿਹੜਾ ਸਵਾਲ ਉੱਠ ਰਿਹਾ। ਲੋਕਾਂ ਦੇ ਵੱਲੋਂ ਪੀਲ ਪੁਲਿਸ ਨੂੰ ਇਸ ਗੱਲ ਦੀ ਸ਼ਿਕਾਇਤ ਕੀਤੀ ਗਈ, ਪੁਲਿਸ ਨੇ ਉਹ ਬੰਦਾ ਫੜ ਲਿਆ, ਉਹਦਾ ਨਾਂ ਹਾਲੇ ਤੱਕ ਨਿਸ਼ਰ ਨਹੀਂ ਹੋਇਆ। ਪਰ ਇਹੋ ਜਿਹੇ ਬੰਦਿਆਂ ਨੂੰ ਸਖ਼ਤ ਤੋਂ ਸਖ਼ਤ ਸਜ਼ਾ ਵੀ ਮਿਲਣੀ ਚਾਹੀਦੀ ਹੈ ਜਿਹੜੇ ਕਿਤੇ ਵੀ ਜਾ ਕੇ ਸਮੁੱਚੇ ਪੰਜਾਬੀਆਂ ਦੀ, ਸਮੁੱਚੇ ਭਾਈਚਾਰੇ ਦੀ ਬਦਨਾਮੀ ਕਰਦੇ ਆ। ਕਿਸੇ ਵੀ ਕੀਮਤ ਦੇ ਉੱਤੇ ਇਹਨਾਂ ਨੂੰ ਬਖਸ਼ਣਾ ਨਹੀਂ ਚਾਹੀਦਾ। ਪਰ ਜੇ ਅਸੀਂ ਗੱਲ ਕਰਦੇ ਹਾਂ ਜੋ ਸਰੀ ਦੇ ਵਿੱਚ ਕਦੇ ਲੜਾਈ ਹੋਗੀ, ਕਦੇ ਬ੍ਰੈਂਪਟਨ ਦੇ ਵਿੱਚ ਹੋਗੀ, ਕਦੇ ਕੈਨੇਡਾ ਦੇ ਕਿਸੇ ਹੋਰ ਹਿੱਸੇ ਦੇ ਵਿੱਚ ਹੋਗੀ, ਫਿਰ ਉੱਥੇ ਗੱਲ ਆ ਕੇ ਮੁੱਕਦੀ ਹੈ ਕਿ ਸਾਰੇ ਵਿਦਿਆਰਥੀ ਮਾੜੇ ਨਹੀਂ। ਅਸੀਂ ਸਾਰੇ ਵਿਦਿਆਰਥੀਆਂ ਨੂੰ ਇੱਕ ਰੱਸੇ ਦੇ ਨਾਲ ਨਹੀਂ ਬੰਨ ਸਕਦੇ, ਪਰ ਜਿੰਨੇ ਕੁ ਵਿਦਿਆਰਥੀ ਗਲਤੀਆਂ ਕਰਦੇ, ਮੂਰਖਤਾਈਆਂ ਕਰਦੇ ਆ, ਉਹਦੇ ਕਰਕੇ ਸੇਕ ਆ ਜਿਹੜੇ ਉਹ ਸਮੁੱਚੇ ਵਿਦਿਆਰਥੀ ਭਾਈਚਾਰੇ ਨੂੰ ਲੱਗਦਾ। ਹੁਣ ਵਿਦਿਆਰਥੀ ਭਾਈਚਾਰੇ ਦਾ ਇੱਕ ਹਿੱਸਾ ਉਹ ਵੀ ਹੈ ਜਿਹੜਾ ਦਿਨ ਰਾਤ ਸ਼ਿਫਟਾਂ ਲਾਉਂਦਾ, ਜਿਹੜਾ 2-2 ਸ਼ਿਫਟਾਂ ਲਾ ਕੇ ਆਪਣੀ ਫੀਸ ਦੇ ਲਈ ਵੀ ਪ੍ਰਬੰਧ ਕਰਦਾ, ਆਪਣੇ ਮਾਪਿਆਂ ਨੂੰ ਵੀ 4% ਭੇਜਦਾ, ਜਿਹੜਾ ਉੱਥੇ ਬੇਸਮੈਂਟ ਦਾ ਕਿਰਾਇਆ ਵੀ ਦਿੰਦਾ, ਜਿਹੜਾ ਆਉਣ ਜਾਣ ਦਾ ਖਰਚਾ ਵੀ ਕੱਢਦਾ, ਰੋਟੀ ਟੁੱਕ ਦਾ ਪ੍ਰਬੰਧ ਵੀ ਕਰਦਾ, ਉਹਨਾਂ ਨੂੰ ਸੌਣਾ ਨਸੀਬ ਨਹੀਂ ਹੁੰਦਾ। ਪਰ ਕੁਝ ਕੁ ਹੋਛੇ, ਕੁਝ ਕੁ ਮੂਰਖ, ਕੁਝ ਕੁ ਬਦਮਾਸ਼ ਬਿਰਤੀ ਦੇ ਮਾਲਕ ਇਹੋ ਜਿਹੇ ਵੀ ਆ ਜਿਹੜੇ ਉੱਥੇ ਵੀ ਸਿਰ ਪਾੜਨ ਨੂੰ ਫਿਰਦੇ ਰਹਿੰਦੇ ਆ, ਜਿਨ੍ਹਾਂ ਨੇ ਇਹ ਸੋਚਿਆ ਵੀ ਇੱਥੇ ਗੁੰਡੇ ਬਣ ਕੇ ਰਵਾਂਗੇ, ਸਾਡੀ ਟੌਰ ਬਹੁਤ ਆ, ਕਿਹੜਾ ਸਾਨੂੰ ਮਾਪੇ ਦੇਖਦੇ ਆ, ਕਿਹੜਾ ਕੋਈ ਰੋਕਣ ਵਾਲਾ ਅਤੇ ਕਿਹੜਾ ਕੋਈ ਟੋਕਣ ਵਾਲਾ। ਪਰ ਜਦੋਂ ਇਹਨਾਂ ਨੂੰ ਬਰੰਗ ਚਿੱਠੀ ਵਾਂਗੂ ਵਾਪਸ ਭੇਜਿਆ ਜਾਂਦਾ, ਫਿਰ ਸਾਡੇ ਵਿੱਚੋਂ ਕਈ ਲੋਕ ਕਹਿੰਦੇ ਪੰਜਾਬੀਆਂ ਨਾਲ ਧੱਕਾ ਹੋ ਰਿਹਾ, ਇਹ ਤਾਂ ਜੀ ਨਸਲੀ ਵਿਤਕਰਾ। ਪਰ ਇਹੋ ਜਿਹੇ ਲੋਕਾਂ ਦੇ ਨਾਲ ਸਖਤੀ ਵਰਤਣੀ ਹੀ ਚਾਹੀਦੀ ਹੈ। ਇਹੋ ਜਿਹੇ ਲੋਕਾਂ ਨੇ ਜਿਨ੍ਹਾਂ ਨੇ ਕਿ ਜਿਵੇਂ ਸਿਆਣੇ ਕਹਿੰਦੇ ਹੁੰਦੇ ਆ, ਇੱਕ ਮੱਛੀ ਸਾਰੇ ਤਲਾਬ ਨੂੰ ਗੰਦਾ ਕਰ ਦਿੰਦੀ ਹੈ, ਇਹ ਉਹਨਾਂ ਲੋਕਾਂ ਦੇ ਵਿੱਚੋਂ ਇੱਕ ਹੈ ਜਿਨ੍ਹਾਂ ਨੇ 2-4-5% ਹੋਣਗੇ, ਪਰ ਉੱਥੇ
ਅੱਖਾਂ ਸ਼ਰਮ ਨਾਲ ਨੀਵੀਆਂ ਹੋ ਜਾਂਦੀਆਂ ਵੀ ਸਾਡੀਆਂ ਕਰਤੂਤਾਂ ਉੱਥੇ ਜਾ ਕੇ ਕੀ ਤੋਕੀ ਹੈ। ਕਦੇ ਪੈਟਰੋਲ ਪੰਪ 'ਤੇ ਲੜ ਪਏ, ਕਦੇ ਬੇਸਮੈਂਟ ਦੇ ਵਿੱਚ ਲੜ ਪਏ, ਕਦੇ ਕੋਈ ਕਰਤੂਤ, ਕਦੇ ਕੋਈ ਹਰਕਤ, ਕਦੇ ਕੋਈ। ਇਸ ਕਰਕੇ ਸੱਭਿਅਕ ਹੋਣਾ ਚਾਹੀਦਾ, ਸਾਨੂੰ ਸੱਭਿਅਤਾ ਦਾ ਪਾਠ ਪੜ੍ਹਨਾ ਚਾਹੀਦਾ। ਜੇ ਅਸੀਂ ਸੱਭਿਅਕ ਨਹੀਂ ਆ ਤਾਂ ਫਿਰ ਸਾਨੂੰ ਇੱਥੇ ਹੀ ਰਹਿ ਲੈਣਾ ਚਾਹੀਦਾ, ਅਸੀਂ ਕਿਹੜੀ ਗੱਲੋਂ ਆਪਣੇ ਮਾਪਿਆਂ ਦੇ ਪੈਸੇ ਖਰਾਬ ਕਰਦੇ ਹਾਂ। ਖਬਰਾਂ ਦੇ ਉੱਤੇ ਵਿਚਾਰ ਚਰਚਾ ਦੋਸਤੋ ਅਸੀਂ ਇਸੇ ਤਰੀਕੇ ਨਾਲ ਜਾਰੀ ਰੱਖਾਂਗੇ, ਪਰ ਪਹਿਲਾਂ ਲੈਣੀ ਛੋਟੀ ਜਿਹੀ ਬ੍ਰੇਕ। ਵਕਫੇ ਤੋਂ ਬਾਅਦ ਇੱਕ ਵਾਰ ਫਿਰ ਤੁਹਾਡਾ ਸਵਾਗਤ ਹੈ ਦੋਸਤੋ। ਕੁਝ ਹੋਰ ਖਬਰਾਂ ਦੇ ਉੱਤੇ ਟਿੱਪਣੀਆਂ ਕਰਦੇ ਹਾਂ। ਪੰਜਾਬ ਦੇ ਵਿੱਚ ਕਾਂਗਰਸੀ ਵਿਧਾਇਕ ਕਿਸ ਕਦਰ ਨਾਰਾਜ਼ ਲਗਾਤਾਰ ਹੋ ਰਹੇ ਆ, ਇਹਦੇ ਬਾਬਤ ਹਰ ਰੋਜ਼ ਕਈ ਕਿਸਮ ਦੀਆਂ ਰਿਪੋਰਟਾਂ ਆਉਂਦੀਆਂ। ਪਰ ਕਾਂਗਰਸੀ ਵਿਧਾਇਕ ਕਿਹੜੀ ਗੱਲੋਂ ਨਾਰਾਜ਼ ਹੋ ਰਹੇ ਆ, ਕਿਹਦੇ ਨਾਲ ਨਾਰਾਜ਼ ਹੋ ਰਹੇ ਆ, ਇਹ ਸਭ ਤੋਂ ਵੱਡਾ ਸਵਾਲ ਆ। ਨਾਰਾਜ਼ ਵੀ ਆਪਣੇ ਤੋਂ ਹੀ ਹੋ ਰਹੇ ਆ, ਯਾਨੀ ਕਿ ਕੈਪਟਨ ਅਮਰਿੰਦਰ ਸਿੰਘ ਦੀਆਂ ਨੀਤੀਆਂ ਤੋਂ। ਅਤੇ ਨਾਰਾਜ਼ ਇਸ ਕਰਕੇ ਹੋ ਰਹੇ ਆ ਕਿਉਂਕਿ ਉਹਨਾਂ ਦੇ ਹਲਕਿਆਂ ਦੇ ਵਿੱਚ ਇੱਕ ਇੱਟ ਨਹੀਂ ਲੱਗ ਰਹੀ, ਇੱਕ ਵੀ ਵਿਕਾਸ ਦਾ ਕੰਮ ਨਹੀਂ ਹੋ ਰਿਹਾ। 3 ਵਾਰੀ ਹੋ ਗਿਆ ਪੰਜਾਬ ਦੇ ਵਿੱਚ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਨੂੰ ਬਣਿਆ, ਪਰ ਜੇਕਰ ਵਿਧਾਇਕਾਂ ਦੀ ਪੁੱਛ ਪ੍ਰਤੀਤ ਹੈ ਨਹੀਂ ਕੈਪਟਨ ਅਮਰਿੰਦਰ ਸਿੰਘ ਦੇ ਵੱਲੋਂ ਨਹੀਂ ਕੀਤੀ ਜਾਂਦੀ ਤਾਂ ਆਮ ਲੋਕ ਕਿਹੜੇ ਬਾਗ ਦੀ ਮੂਲੀ ਆ, ਉਹ ਕਿਹੜੀ ਗੱਲੋਂ ਸੋਚੀ ਬੈਠੇ ਕਿ ਕੈਪਟਨ ਸਾਹਿਬ ਆਉਣਗੇ ਅਤੇ ਸਾਡਾ ਹਾਲ ਚਾਲ ਪੁੱਛਣਗੇ, ਸਾਡੀਆਂ ਮੁਸ਼ਕਲਾਂ ਜਾਣਨਗੇ ਅਤੇ ਬਾਅਦ ਦੇ ਵਿੱਚ ਉਹਨਾਂ ਦਾ ਨਿਵਾਰਨ ਵੀ ਕਰਨਗੇ। ਹੁਣ ਇੱਕ ਨਹੀਂ, ਦੋ ਨਹੀਂ, 3 ਨਹੀਂ, 4 ਅਤੇ 4 ਦੇ 4 ਪਟਿਆਲਾ ਦੇ ਵੱਖ ਵੱਖ ਵਿਧਾਨ ਸਭਾ ਖੇਤਰਾਂ ਨਾਲ ਜੁੜੇ ਹੋਏ ਵਿਧਾਇਕ ਨੇ ਜਿਹੜੇ, ਉਹ ਕੈਪਟਨ ਅਮਰਿੰਦਰ ਸਿੰਘ ਦੀਆਂ ਨੀਤੀਆਂ ਤੋਂ ਨਾ ਖੁਸ਼ ਹੈ। ਉਹਨਾਂ ਦੇ ਵੱਲੋਂ ਇੱਕ ਸੁਰ ਦੇ ਵਿੱਚ ਗੱਲ ਕਹੀ ਜਾ ਰਹੀ ਹੈ ਕਿ ਅਫਸਰਸ਼ਾਹੀ ਨੇ ਵਿਧਾਇਕਾਂ ਅਤੇ ਮੰਤਰੀਆਂ ਨੂੰ ਰੋਲ ਕੇ ਰੱਖ ਦਿੱਤਾ, ਅਫਸਰਸ਼ਾਹੀ ਮਨਮਾਨੀਆਂ ਕਰਦੀ ਹੈ। ਅਤੇ ਨਿਰਮਲ ਸਿੰਘ ਸ਼ੁਤਰਾਣਾ ਨੇ ਤਾਂ ਇੱਥੋਂ ਤੱਕ ਗੱਲ ਕਹਿਤੀ ਸੀ ਕਿ ਸੁਰੇਸ਼ ਕੁਮਾਰ ਹੀ ਇਸ ਵਕਤ ਕੈਪਟਨ ਅਮਰਿੰਦਰ ਸਿੰਘ ਹੈ ਅਤੇ ਕੈਪਟਨ ਅਮਰਿੰਦਰ ਸਿੰਘ ਵੀ ਉਹਨਾਂ ਦੇ ਮੂਹਰੇ ਤਰਲਾ ਜਿਹਾ ਮਾਰਦੇ ਆ ਕਿ ਇੱਕ ਕੰਮ ਆਪਾਂ ਆਹ ਕਰਨਾ ਸੀ, ਜਦੋਂ ਉਹ ਤਰਲਾ ਮਾਰਦੇ ਆ ਤਾਂ ਫਿਰ ਸਾਡਾ ਕਿੱਥੇ ਕੁਛ ਵੱਟਿਆ ਜਾਣਾ। ਇਸ ਕਰਕੇ ਉਹਨਾਂ ਨੇ ਕਿਹਾ ਸੀ ਕਿ ਜੇਕਰ ਮੇਰੇ ਹਲਕੇ ਦੇ ਮਸਲੇ ਹੱਲ ਨਾ ਕੀਤੇ ਗਏ ਤਾਂ ਮੈਂ 1 ਜਨਵਰੀ ਨੂੰ, ਯਾਨੀ ਕਿ ਚੜ੍ਹਦੇ ਨਵੇਂ ਵਰ੍ਹੇ ਦੇ ਪਹਿਲੇ ਦਿਨ ਹੀ, ਮੈਂ ਕੈਪਟਨ ਅਮਰਿੰਦਰ ਸਿੰਘ ਦੇ ਘਰ ਦੇ ਮੂਹਰੇ, ਮਹਿਲ ਦੇ ਮੂਹਰੇ ਜਾ ਕੇ ਧਰਨਾ ਪ੍ਰਦਰਸ਼ਨ ਕਰਨ ਵਾਸਤੇ ਮਜਬੂਰ ਹੋਵਾਂਗਾ। ਪਰ ਅੱਜ ਉਹਨਾਂ ਨੂੰ ਹੋਰ ਵੀ ਵਿਧਾਇਕਾਂ ਦਾ ਸਾਥ ਮਿਲਿਆ, ਯਾਨੀ ਕਿ ਨਿਰਮਲ ਸਿੰਘ ਨੂੰ। ਹਰਦਿਆਲ ਸਿੰਘ ਕੰਬੋਜ ਜਿਹੜੇ ਕਿ ਇਸ ਵਕਤ ਕਾਂਗਰਸ ਦੇ ਵਿਧਾਇਕ ਆ, ਉਹਨਾਂ ਨੇ ਕਿਹਾ ਜੀ ਕਿ ਨਿਰਮਲ ਸਿੰਘ ਇੱਕ ਸ਼ਰੀਫ ਬੰਦਾ, ਉਹਦੀਆਂ ਮੰਗਾਂ ਵਾਜਬ ਹੈ, ਪਰ ਸਾਨੂੰ ਇਸ ਗੱਲ ਦੀ ਆਸ ਹੈ ਕਿ ਉਹਨਾਂ ਨੂੰ ਧਰਨਾ ਲਾਉਣ ਦੀ ਨੌਬਤ ਨਹੀਂ ਆਊਗੀ, ਉਹਨਾਂ ਦੀਆਂ ਮੰਗਾਂ ਪ੍ਰਵਾਨ ਕਰ ਲਈਆਂ ਜਾਣਗੀਆਂ ਅਤੇ ਹਲਕੇ ਦੇ ਕੰਮ ਸ਼ੁਰੂ ਵੀ ਹੋ ਜਾਣਗੇ। ਪਰ ਇਹ ਤਾਂ ਚਲੋ ਇੱਕ ਜਣੇ ਨੇ ਗੱਲ ਕਹਿ ਦਿੱਤੀ, ਉੱਦਾਂ ਪੰਜਾਬ ਦੇ ਵਿੱਚ ਅੱਧੀ ਦਰਜਨ ਤੋਂ ਵੱਧ ਵਿਧਾਇਕ ਇਹੋ ਜਿਹੇ ਆ ਜਿਹੜੇ ਪਿਛਲੇ 2 ਸਾਲਾਂ ਦੇ ਵਿੱਚ ਕਦੇ ਕਿਵੇਂ ਅਤੇ ਕਦੇ ਕਿਵੇਂ ਆਪਣੇ ਵਿਚਾਰ ਮੂਹਰੇ ਰੱਖ ਕੇ ਅਤੇ ਕੈਪਟਨ ਅਮਰਿੰਦਰ ਸਿੰਘ ਯਾਨੀ ਕਿ ਆਪਣੀ ਹੀ ਸਰਕਾਰ ਦੀ ਆਲੋਚਨਾ ਕਰ ਚੁੱਕੇ ਆ। ਜਦੋਂ ਅਕਾਲੀ ਦਲ ਦੇ ਆਗੂ ਜਾਂ ਆਮ ਆਦਮੀ ਪਾਰਟੀ ਦੇ ਨੇਤਾ ਇਹ ਗੱਲ ਕਹਿੰਦੇ ਆ ਕਿ ਪੰਜਾਬ ਦੇ ਵਿੱਚ ਸਭ ਕੁਝ ਚੰਗਾ ਨਹੀਂ, ਉਸ ਵਕਤ ਕਾਂਗਰਸੀ ਇਹ ਗੱਲ ਕਹਿੰਦੇ ਆ, ਕੈਪਟਨ ਸਾਹਿਬ ਕਹਿੰਦੇ ਜੀ ਕਿ ਉਹ ਸ਼ਰੀਕ ਆ, ਸ਼ਰੀਕਾਂ ਨੇ ਇੱਦਾਂ ਹੀ ਚੋਬ ਲਾਉਣੀ ਹੁੰਦੀ ਆ, ਇੱਦਾਂ ਹੀ ਠਿੱਬੀ ਲਾਉਣੀ ਆ। ਪਰ ਜਦੋਂ ਆਪਣੇ ਵੀ ਇਹ ਕੁਝ ਕਹਿਣ ਵਾਸਤੇ ਮਜਬੂਰ ਹੋਣ, ਉਸ ਵਕਤ ਸ਼ਰੀਕਾਂ ਨੂੰ ਵੀ ਗੱਲ ਕਰਨ ਦਾ ਮੌਕਾ ਮਿਲ ਜਾਂਦਾ ਕਿ ਹੁਣ ਤਾਂ ਅਸੀਂ ਨਹੀਂ ਸ਼ਰੀਕ, ਹੁਣ ਤਾਂ ਤੁਹਾਡੇ ਆਪਣੇ ਸ਼ਰੀਕ ਬਣੇ ਹੋਏ ਆ ਕਿਉਂਕਿ ਤੁਸੀਂ ਕੁਝ ਕਰਦੇ ਹੀ ਨਹੀਂ। ਸੋ ਕੈਪਟਨ ਅਮਰਿੰਦਰ ਸਿੰਘ ਹੁਣ ਜਦੋਂ ਪੰਜਾਬ ਦੇ ਵਿੱਚ ਵਾਪਸ, ਭਾਰਤ ਦੇ ਵਿੱਚ ਵਾਪਸ ਪਰਤ ਆਏ ਆ ਯੂਰਪ ਦੇ ਦੌਰੇ ਤੋਂ, ਇੰਗਲੈਂਡ ਦੇ ਦੌਰੇ ਤੋਂ, ਅਤੇ ਉਹਨਾਂ ਦੇ ਵੱਲੋਂ ਨਾਰਾਜ਼ ਵਿਧਾਇਕਾਂ ਨੂੰ ਮਨਾਉਣ ਦਾ ਸਿਲਸਿਲਾ ਕਿਵੇਂ ਸ਼ੁਰੂ ਕੀਤਾ ਜਾਊਗਾ, ਕੀ ਉਹਨਾਂ ਅਸੰਤੁਸ਼ਟ ਵਿਧਾਇਕਾਂ ਦੀ ਤ੍ਰਿਪਤੀ ਕਰ ਦਿੱਤੀ ਜਾਊਗੀ ਜਾਂ ਫਿਰ ਨਹੀਂ, ਇਹ ਵਕਤ ਦੱਸੂਗਾ। ਪਹਿਲਾਂ ਇਸ ਰਿਪੋਰਟ ਦਾ ਵੇਰਵਾ ਅਤੇ ਬਾਅਦ ਵਿੱਚ ਕਰਾਂਗੇ ਟਿੱਪਣੀ। ਰਾਜਪੁਰਾ ਤੋਂ ਕਾਂਗਰਸੀ ਵਿਧਾਇਕ ਹਰਦਿਆਲ ਸਿੰਘ ਕੰਬੋਜ ਨੇ ਵਿਧਾਇਕ ਨਿਰਮਲ ਸਿੰਘ ਦੇ ਹੱਕ ਦੇ ਵਿੱਚ ਖੜਨ ਦੀ ਗੱਲ ਕੀਤੀ ਹੈ। ਉਹਨਾਂ ਨੇ ਕਾਂਗਰਸੀ ਵਿਧਾਇਕ ਨਿਰਮਲ ਸਿੰਘ ਨੂੰ ਸ਼ਰੀਫ ਬੰਦਾ ਕਿਹਾ, ਉਹਨਾਂ ਹਰ ਸਮੇਂ ਨਿਰਮਲ ਸਿੰਘ ਦਾ ਸਾਥ ਦੇਣ ਦੀ ਗੱਲ ਕੀਤੀ ਹੈ। ਵਿਧਾਇਕ ਨਿਰਮਲ ਸਿੰਘ ਨੇ ਹਾਲ ਹੀ ਵਿੱਚ ਕੈਪਟਨ ਅਮਰਿੰਦਰ ਸਿੰਘ ਦੇ ਖਿਲਾਫ ਭੜਾਸ ਕੱਢਦਿਆਂ ਅਫਸਰਸ਼ਾਹੀ ਨੂੰ ਰਾਹ ਦਾ ਰੋੜਾ ਦੱਸਿਆ ਸੀ। ਹਰਦਿਆਲ ਸਿੰਘ ਕੰਬੋਜ ਨੇ ਅਫਸਰਸ਼ਾਹੀ ਖਿਲਾਫ ਨਿਰਮਲ ਸਿੰਘ ਦਾ ਸਾਥ ਦੇਣ ਦੀ ਗੱਲ ਕੀਤੀ, ਹਾਲਾਂਕਿ ਉਹਨਾਂ ਕੈਪਟਨ ਦਾ ਵੀ ਪੱਖ ਪੂਰਿਆ। ਕੰਬੋਜ ਨੇ ਕਿਹਾ ਕਿ ਉਹ ਲਗਾਤਾਰ ਅਫਸਰਸ਼ਾਹੀ ਦੇ ਖਿਲਾਫ ਆਵਾਜ਼ ਚੁੱਕਣਗੇ ਅਤੇ ਨਾਲ ਹੀ ਉਹਨਾਂ ਦੱਸਿਆ ਕਿ ਨਿਰਮਲ ਸਿੰਘ ਦੀਆਂ ਮੰਗਾਂ ਪੂਰੀਆਂ ਹੋ ਚੁੱਕੀਆਂ ਨੇ। ਨਿਰਮਲ ਸਿੰਘ ਕੈਪਟਨ ਅਮਰਿੰਦਰ ਸਿੰਘ ਦੇ ਖਿਲਾਫ ਧਰਨਾ ਲਾਉਣ ਦੀ ਤਿਆਰੀ ਕਰ ਰਹੇ ਨੇ ਕਿਉਂਕਿ ਉਹਨਾਂ ਦੀਆਂ ਮੰਗਾਂ ਪੂਰੀਆਂ ਨਹੀਂ ਹੋਈਆਂ, ਪਰ ਕੰਬੋਜ ਨੇ ਬਿਆਨ ਦਿੱਤਾ ਕਿ ਇਸ ਗੱਲ ਦੀ ਨੌਬਤ ਨਹੀਂ ਆਵੇਗੀ। ਘਨੌਰ, ਸਮਾਣਾ, ਸ਼ੁਤਰਾਣਾ ਅਤੇ ਰਾਜਪੁਰਾ ਦੇ ਵਿਧਾਇਕਾਂ ਨੇ ਸ਼ਿਕਾਇਤ ਨਿਵਾਰਨ ਕਮੇਟੀ ਦੀ ਮੀਟਿੰਗ ਦੇ ਵਿੱਚ ਆਵਾਜ਼ ਚੁੱਕੀ ਸੀ, ਜਿਸ ਤੋਂ ਬਾਅਦ ਵਿਵਾਦ ਖੜ੍ਹਾ ਹੋਇਆ ਸੀ। ਕੰਬੋਜ ਨੇ ਨਿਰਮਲ ਸਿੰਘ ਨੂੰ ਸ਼ਰੀਫ ਬੰਦਾ ਕਿਹਾ ਅਤੇ ਉਹਨਾਂ ਨੇ ਕਿਹਾ ਕਿ ਸ਼ਰੀਫ ਬੰਦੇ ਦੀ ਆਵਾਜ਼ ਕੈਪਟਨ ਤੱਕ ਨਹੀਂ ਪਹੁੰਚੀ, ਹਾਲਾਂਕਿ ਨਿਰਮਲ ਸਿੰਘ ਦੀਆਂ ਬਹੁਤੀਆਂ ਸ਼ਿਕਾਇਤਾਂ ਨੂੰ ਸਹੀ ਦੱਸਦੇ ਹੋਏ ਕੰਬੋਜ ਨੇ ਸਾਥ ਦੇਣ ਵਾਸਤੇ ਕਿਹਾ, ਪਰ ਸਰਕਾਰ ਦੇ ਖਿਲਾਫ ਉਹ ਕੁਝ ਵੀ ਨਹੀਂ ਬੋਲੇ। ਕੰਬੋਜ ਨੇ ਕਿਹਾ ਕਿ ਅਫਸਰਸ਼ਾਹੀ ਤੋਂ ਸਾਰਾ ਪੰਜਾਬ ਤੰਗ ਹੈ, ਪਰ ਸਾਰੇ ਵਿਧਾਇਕ ਅਫਸਰਸ਼ਾਹੀ ਰਾਜ ਦੇ ਖਿਲਾਫ ਡਟ ਕੇ ਖੜ੍ਹੇ ਨੇ। ਇਸ ਖਬਰ ਦੇ ਉੱਤੇ ਟਿੱਪਣੀ ਕਰ ਰਿਹਾ ਦੋਸਤੋ, ਪਹਿਲੀ ਗੱਲ ਤਾਂ ਅਸੀਂ ਕਹਾਂਗੇ ਜੇਕਰ ਜਨਤਾ ਦੇ ਚੁਣੇ ਹੋਏ ਨੁਮਾਇੰਦਿਆਂ ਦੀ ਆਪਣੀ ਹੀ ਪਾਰਟੀ ਦੀ ਸਰਕਾਰ ਹੋਵੇ ਅਤੇ ਫਿਰ ਵੀ ਅਫਸਰ ਨਹੀਂ ਸੁਣਦੇ ਤਾਂ ਉਸ ਤੋਂ ਬਾਅਦ ਇੱਕ ਨਵੀਂ ਗੱਲ ਉੱਭਰ ਕੇ ਸਾਹਮਣੇ ਆਉਂਦੀ ਹੈ ਕਿ ਆਮ ਲੋਕਾਂ ਦੀ ਅਫਸਰ ਕਿੰਨੀ ਕੁ ਸੁਣਦੇ ਹੋਣਗੇ। ਜੇਕਰ ਇੱਕ ਵਿਧਾਇਕ ਦੀ ਪੁੱਛ ਪ੍ਰਤੀਤ ਨਹੀਂ, ਵਿਧਾਇਕ ਦੇ ਕਹੇ ਦੇ ਉੱਤੇ ਕੋਈ ਫਰਕ ਨਹੀਂ ਪੈਂਦਾ, ਉਹਦੇ ਕੰਮਾਂ ਦੇ ਵੱਲ ਗੌਰ ਨਹੀਂ ਕੀਤੀ ਜਾਂਦੀ, ਤਾਂ
ਜੋ ਕਮਾਉਂਦੇ ਆ ਸੋ ਖਾਂਦੇ ਆ, ਸਧਾਰਨ ਵੋਟਰ ਹੈ, ਉਹਨਾਂ ਲੋਕਾਂ ਨੂੰ ਕੌਣ ਕੁਝ ਸਮਝਦਾ ਹੋਊਗਾ? ਇਹਦੇ ਤੋਂ ਇਸ ਗੱਲ ਦੇ ਵੱਲ ਵੀ ਝਲਕਾਰਾ ਪੈਂਦਾ ਕਿ ਉਹ ਵਿਚਾਰੇ ਇਹਨਾਂ ਤੋਂ ਵੀ ਤੰਗ ਹੋਣਗੇ, ਪਰ ਉਹਨਾਂ ਦੀ ਕਦੇ ਖਬਰ ਨਹੀਂ ਬਣੀ, ਨਾ ਹੀ ਉਹਨਾਂ ਦੀ ਕਦੇ ਮੀਡੀਆ ਨੇ ਗੱਲ ਉਭਾਰੀ ਹੈ, ਨਾ ਹੀ ਕਦੇ ਵਿਧਾਇਕਾਂ ਨੇ ਉਹਨਾਂ ਲੋਕਾਂ ਦੀ ਪੀੜ ਨੂੰ ਸਮਝਣ ਦੀ ਕੋਸ਼ਿਸ਼ ਕੀਤੀ ਹੈ। ਜਦੋਂ ਖੁਦ ਨੂੰ ਪੀੜ ਲੱਗਦੀ ਹੈ ਉਦੋਂ ਕਹਿੰਦੇ ਜੀ ਕਿ ਅਸੀਂ ਲੁੱਟੇ ਗਏ, ਅਸੀਂ ਤਾਂ ਜੀ ਧਰਨਾ ਲਾਵਾਂਗੇ, ਪਰ ਜਿਹੜੇ ਸਧਾਰਨ ਲੋਕ ਆ ਜਿਨ੍ਹਾਂ ਦਾ ਰਿਸ਼ਵਤ ਤੋਂ ਬਿਨਾਂ ਕੰਮ ਹੀ ਕੋਈ ਨਹੀਂ ਹੁੰਦਾ ਗਾ, ਉਹ ਫਿਰ ਕਿਹਦੇ ਦਰ ਦੇ ਮੂਹਰੇ ਜਾ ਕੇ ਧਰਨਾ ਲਾਉਣ? ਇੱਥੇ ਇਹ ਵੀ ਸਵਾਲ ਪੈਦਾ ਹੁੰਦਾ। ਉਸ ਤੋਂ ਅਗਲੀ ਗੱਲ ਇਹ ਹੈ ਕਿ ਜੋ ਕਾਂਗਰਸ ਦੇ ਵਿਧਾਇਕ ਇਸ ਵਕਤ ਧਰਨਾ ਲਾਉਣ ਦੀ ਗੱਲ ਕਰਦੇ ਨੇ ਜਾਂ ਬਗਾਵਤੀ ਤੇਵਰ ਅਪਣਾਈ ਬੈਠੇ ਆ, ਇਹਨਾਂ ਨੂੰ ਤਾਂ ਪੁਚਕਾਰ ਕੇ ਮਨਾ ਲਿਆ ਜਾਊਗਾ, ਇਹਨਾਂ ਦੇ ਕੰਮਕਾਜ ਸ਼ਾਇਦ ਸ਼ੁਰੂ ਵੀ ਹੋ ਜਾਣ, ਪਰ ਪੰਜਾਬ ਦੇ ਲੋਕਾਂ ਦੀ ਪੀੜ ਨੂੰ ਕੈਪਟਨ ਸਾਹਿਬ ਵੀ ਸਮਝਣ ਅਤੇ ਹਲਕਿਆਂ ਦੇ ਵਿਧਾਇਕ ਵੀ ਸਮਝਣ। ਹੁਣ ਪਿਛਲੇ ਦਿਨੀਂ ਜਿਹੜੇ ਨਿਰਮਲ ਸਿੰਘ ਨੇ, ਉਹਨਾਂ ਨੇ ਇਹ ਗੱਲ ਕਹੀ ਸੀ ਜੀ ਕਿ ਮੇਰੇ ਇੱਕ ਸਮਰਥਕ ਦੀ ਰਜਿਸਟਰੀ ਸੀ, ਮੈਂ ਫੋਨ ਕੀਤਾ ਤਾਂ ਉਹ ਜਿਹੜਾ ਤਹਿਸੀਲਦਾਰ ਹੈ ਉਹਨੇ ਪਹਿਲਾਂ 15,000 ਰੁਪਈਆ ਸੌਦਾ ਤੈਅ ਕੀਤਾ ਸੀ ਜੀ ਰਜਿਸਟਰੀ ਕਰਨ ਦਾ, ਪਰ ਬਾਅਦ ਦੇ ਵਿੱਚ ਮੇਰੇ ਫੋਨ ਤੋਂ ਬਾਅਦ 10,000 ਰੁਪਈਆ ਉਹਨੇ ਸਮਰਥਕ ਤੋਂ ਫਿਰ ਵੀ ਲੈ ਲਿਆ। ਯਾਨੀ ਕਿ ਸਾਡੇ ਕਹੇ ਦੇ ਉੱਤੇ ਵੀ ਬਿਨਾਂ ਭ੍ਰਿਸ਼ਟਾਚਾਰ ਤੋਂ ਬਿਨਾਂ ਪੈਸਿਆਂ ਤੋਂ ਕੰਮ ਨਹੀਂ ਹੁੰਦਾ। ਉਹਨਾਂ ਨੇ ਕਿਹਾ ਜੀ ਕਿ ਮੇਰੇ ਫੋਨ ਕਰਨ ਦਾ ਮਤਲਬ ਸਿਰਫ ਇੰਨਾ ਕੁ ਨਿਕਲਿਆ, ਇੰਨਾ ਕੁ ਫਾਇਦਾ ਹੋਇਆ ਵੀ 5,000 ਰੁਪਈਆ ਉਹਨੇ ਛੱਡਤਾ, 15 ਦੀ ਥਾਂ ਦੇ ਉੱਤੇ 10,000 ਰੁਪਈਆ ਲੈ ਲਿਆ ਅਤੇ ਉਹਨੇ ਰਜਿਸਟਰੀ ਕਰਤੀ। ਅਤੇ ਹੁਣ ਇੱਥੇ ਫਿਰ ਇਹ ਸਵਾਲ ਪੈਦਾ ਹੁੰਦਾ ਕਿ ਜੇਕਰ ਵਿਧਾਇਕ ਦੇ ਕਹਿਣ ਦੇ ਉੱਤੇ ਤਹਿਸੀਲਦਾਰ ਪੈਸੇ ਲੈਂਦੇ ਆ ਤਾਂ ਜਿਹੜੇ ਲੋਕਾਂ ਦੇ ਕੋਲ ਕੋਈ ਸਿਫਾਰਿਸ਼ ਹੀ ਹੈ ਨਹੀਂ, ਜਿਹੜੇ ਲੋਕ ਇਹ ਕਹਿੰਦੇ ਆ ਵੀ ਭਾਈ ਅਸੀਂ 2 ਘੰਟੇ ਦੇ ਵਿੱਚ ਜਾ ਕੇ ਅਤੇ ਕਤਾਰ ਦੇ ਵਿੱਚ ਲੱਗ ਕੇ ਅਤੇ ਆਪਣੀ ਰਜਿਸਟਰੀ ਕਰਵਾ ਲੈਣੀ ਆ, ਉਹਨਾਂ ਦੇ ਬਿਨਾਂ ਪੈਸਿਆਂ ਤੋਂ ਕੰਮ ਕਿਵੇਂ ਹੁੰਦੇ ਹੋਣਗੇ? ਇਹ ਵੀ ਕਦੇ ਤਹਿਸੀਲਦਾਰ ਦਫ਼ਤਰਾਂ ਦੇ ਵਿੱਚ ਜਾ ਕੇ ਵੇਖਣ ਵਾਲੀ ਗੱਲ ਹੈ। ਹਾਲਾਂਕਿ ਸਾਰੇ ਤਹਿਸੀਲਦਾਰ ਵੀ ਮਾੜੇ ਨਹੀਂ, ਪਰ ਵੱਡੀ ਗਿਣਤੀ ਦੇ ਵਿੱਚ ਇਹੋ ਜਿਹੇ ਤਹਿਸੀਲਦਾਰਾਂ ਦੀਆਂ ਰਿਪੋਰਟਾਂ ਸਾਹਮਣੇ ਆਉਂਦੀਆਂ ਜਿਨ੍ਹਾਂ ਨੇ ਪੂਰਾ ਉੱਕਾ ਪੁੱਕਾ ਰੇਟ ਤੈਅ ਕੀਤਾ ਹੋਇਆ ਕਿ 5,000 ਰਜਿਸਟਰੀ, 3,000 ਰਜਿਸਟਰੀ, 10,000 ਰੁਪਈਆ ਰਜਿਸਟਰੀ ਦੇ ਵਾਧੂ ਲੈਣੇ ਆ, ਉਹਨਾਂ ਦੀ ਕਦੇ ਕੋਈ ਬਾਤ ਹੀ ਨਹੀਂ ਪੁੱਛਦਾ ਜਿਹੜੇ ਲੋਕ ਹਰ ਰੋਜ਼ ਇਸ ਸਪੀਡ ਨੂੰ ਹੰਡਾਉਂਦੇ ਆ। ਸੋ ਕੈਪਟਨ ਅਮਰਿੰਦਰ ਸਿੰਘ ਨੇ ਜਿਹੜੇ ਉਹਨਾਂ ਨੂੰ ਇਸ ਮਸਲੇ ਦੇ ਉੱਤੇ ਸਾਰ ਲੈਣੀ ਚਾਹੀਦੀ ਹੈ। ਆਪਣੇ ਤਾਂ ਚਲੋ ਜਿੰਨੇ ਵੀ ਹੈਗੇ ਵਿਧਾਇਕ ਉਹਨਾਂ ਨੂੰ ਸੰਤੁਸ਼ਟ ਕਰ ਦੇਣਗੇ, ਅੱਜ ਨਹੀਂ ਤਾਂ ਕੱਲ੍ਹ ਹੋ ਜਾਣਗੇ, ਕੱਲ੍ਹ ਨਹੀਂ ਤਾਂ ਹਫ਼ਤਾ ਠਹਿਰ ਕੇ ਹੋ ਜਾਣਗੇ, ਪਰ ਸਮੁੱਚੇ ਪੰਜਾਬ ਦੇ ਲੋਕ ਜਿਨ੍ਹਾਂ ਨੇ ਕਿ 77 ਦੇ ਕਰੀਬ ਸੀਟਾਂ ਕੈਪਟਨ ਸਰਕਾਰ ਨੂੰ ਦਵਾਈਆਂ, ਕਾਂਗਰਸ ਦੀ ਝੋਲੀ ਦੇ ਵਿੱਚ ਪਾਈਆਂ, ਉਹਨਾਂ ਦੀ ਵੀ ਸਾਰ ਲੈਣੀ ਚਾਹੀਦੀ ਹੈ। ਅਤੇ ਜੇਕਰ ਸਾਰ ਨਾ ਲਈ ਤਾਂ ਫਿਰ ਲੋਕ ਵੋਟਾਂ ਦੇ ਮੌਕੇ ਜ਼ਰੂਰ ਸਾਰ ਲੈਣਗੇ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵੱਖ ਵੱਖ ਅਹੁਦਿਆਂ ਵਾਸਤੇ ਅੱਜ ਤੇਜਾ ਸਿੰਘ ਸਮੁੰਦਰੀ ਹਾਲ ਦੇ ਵਿੱਚ ਫਿਰ ਚੋਣ ਹੋਈ ਹੈ। ਗੋਬਿੰਦ ਸਿੰਘ ਲੌਂਗੋਵਾਲ, ਜਿਨ੍ਹਾਂ ਦੇ ਬਾਬਤ ਅਸੀਂ ਪਿਛਲੇ ਦਿਨੀ ਗੱਲ ਕਹੀ ਸੀ ਕਿ ਸ਼ਾਇਦ ਉਹਨਾਂ ਦੇ ਉੱਤੇ ਹੀ ਗੁਣਾ ਪੈ ਜਾਣਾ, ਅੱਜ ਗੁਣਾ ਪੈ ਵੀ ਗਿਆ। ਉਹ 3ਜੀ ਵਾਰ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਬਣੇ ਆ। ਉਹਨਾਂ ਦੇ ਪ੍ਰਧਾਨ ਦੁਬਾਰਾ ਫਿਰ ਬਣਨ ਦੇ 3ਰੀ ਵਾਰ ਬਣਨ ਦੇ ਕਈ ਕਾਰਨ ਹੈਗੇ ਆ, ਪਰ ਅੱਜ ਜਦੋਂ ਇਹ ਚੋਣ ਹੋ ਰਹੀ ਸੀ, ਜਦੋਂ ਅਹੁਦਿਆਂ ਦੇ ਨਾਵਾਂ ਦਾ ਐਲਾਨ ਕੀਤਾ ਜਾ ਰਿਹਾ ਸੀ, ਉਸ ਵਕਤ ਨਾਅਰੇਬਾਜ਼ੀ ਵੀ ਹੋਈ ਹੈ, ਉਸ ਵਕਤ ਵਿਰੋਧਤਾ ਵੀ ਹੋਈ ਹੈ। ਇਹ ਹਰ ਵਾਰ ਹੀ ਹੁੰਦੀ ਹੈ ਜਦੋਂ ਵੱਖ ਵੱਖ ਅਹੁਦਿਆਂ ਵਾਸਤੇ ਵਿਅਕਤੀਆਂ ਦੀ ਚੋਣ ਹੋਣੀ ਹੁੰਦੀ ਹੈ। ਪਿਛਲੇ ਕਈ ਦਿਨਾਂ ਤੋਂ ਸੁਖਬੀਰ ਸਿੰਘ ਬਾਦਲ ਦੇ ਵੱਲੋਂ ਸ਼੍ਰੋਮਣੀ ਕਮੇਟੀ ਦੇ ਵੱਖ ਵੱਖ ਮੈਂਬਰਾਂ ਨਾਲ ਮੀਟਿੰਗਾਂ ਦਾ ਸਿਲਸਿਲਾ ਅੰਦਰ ਮੁਖੀ ਅਤੇ ਬਾਹਰ ਮੁਖੀ ਜਾਰੀ ਸੀ। ਜਿਹੜੇ ਜਿਹੜੇ ਪ੍ਰਧਾਨ ਬਣਨ ਦੇ ਇੱਛੁਕ ਸੀ ਉਹਨਾਂ ਦੀਆਂ ਗੱਡੀਆਂ ਘੂਕਾਂ ਪਾਉਂਦੀਆਂ ਦਿਖਾਈ ਦੇ ਰਹੀਆਂ ਸੀ। ਪਹਿਲਾਂ ਇਸ ਰਿਪੋਰਟ ਦਾ ਵੇਰਵਾ ਅਤੇ ਬਾਅਦ ਵਿੱਚ ਕਰਾਂਗੇ ਟਿੱਪਣੀ। ਭਾਈ ਗੋਬਿੰਦ ਸਿੰਘ ਲੌਂਗੋਵਾਲ ਸ਼੍ਰੋਮਣੀ ਕਮੇਟੀ ਦੇ ਫਿਰ ਪ੍ਰਧਾਨ ਬਣ ਗਏ ਨੇ, ਉਹ ਲਗਾਤਾਰ 3ਜੀ ਵਾਰ ਪ੍ਰਧਾਨ ਬਣੇ ਨੇ। ਇਸ ਤੋਂ ਇਲਾਵਾ ਭਾਈ ਰਜਿੰਦਰ ਸਿੰਘ ਮਹਿਤਾ ਨੂੰ ਸੀਨੀਅਰ ਮੀਤ ਪ੍ਰਧਾਨ ਬਣਾਇਆ ਗਿਆ ਅਤੇ ਜਥੇਦਾਰ ਗੁਰਬਖਸ਼ ਸਿੰਘ ਨਵਾਂਸ਼ਹਿਰ ਨੂੰ ਜੂਨੀਅਰ ਮੀਤ ਪ੍ਰਧਾਨ ਥਾਪਿਆ ਗਿਆ। ਸੁਰਜੀਤ ਸਿੰਘ ਪਿੱਟੇਮਿੰਡ ਨੂੰ ਜਨਰਲ ਸਕੱਤਰ ਬਣਾਇਆ ਗਿਆ। ਇਸ ਮੌਕੇ ਦੇ ਉੱਤੇ ਕੁਝ ਮੈਂਬਰਾਂ ਦੇ ਵੱਲੋਂ ਨਾਅਰੇਬਾਜ਼ੀ ਵੀ ਕੀਤੀ ਗਈ ਹੈ। ਅੰਤਰਿੰਗ ਕਮੇਟੀ ਮੈਂਬਰਾਂ ਦੇ ਵਿੱਚ ਵੀ ਕੁਝ ਨਾਵਾਂ ਨੂੰ ਸ਼ਾਮਲ ਕੀਤਾ ਗਿਆ। ਇਹਦੇ ਵਿੱਚ ਭੁਪਿੰਦਰ ਸਿੰਘ ਅਸੰਦ, ਜਗਸੀਰ ਸਿੰਘ ਡੱਬਵਾਲੀ, ਗੁਰਪਾਲ ਸਿੰਘ ਗੋਰਾ, ਸ਼ੇਰ ਸਿੰਘ, ਪਰਮਜੀਤ ਕੌਰ ਮਹਿਰਾ, ਜਸਮੇਰ ਸਿੰਘ, ਅਮਰਜੀਤ ਸਿੰਘ ਭਲਾਈਪੁਰ, ਇੰਦਰਮੋਹਨ ਸਿੰਘ, ਬਖਵਿੰਦਰ ਸਿੰਘ ਅਤੇ ਕੁਲਦੀਪ ਕੌਰ ਟੌੜਾ ਦੇ ਨਾਂ ਸ਼ਾਮਲ ਹਨ। ਇਸ ਖਬਰ 'ਤੇ ਟਿੱਪਣੀ ਕਰਦਿਆਂ ਪਹਿਲੀ ਗੱਲ ਤਾਂ ਇਹ ਕਹਾਂਗੇ ਕਿ ਗੋਬਿੰਦ ਸਿੰਘ ਲੌਂਗੋਵਾਲ ਹੋਰਾਂ ਦੇ ਫਿਰ ਪ੍ਰਧਾਨ ਬਣਨ ਦੀ ਆਸ ਇਸ ਕਰਕੇ ਸੀ ਕਿਉਂਕਿ ਇਹਨਾਂ ਦੇ ਨਾਂ ਦੇ ਨਾਲ ਕੋਈ ਬਹੁਤਾ ਵੱਡਾ ਵਿਵਾਦ ਦੋ ਵਰਿਆਂ ਦੇ ਵਿੱਚ ਨਹੀਂ ਜੁੜਿਆ। ਹਾਲਾਂਕਿ ਇੱਕੜ ਦੁੱਕੜ ਵਿਵਾਦ ਜੁੜੇ ਵੀ ਜਿਹਦੇ ਵਿੱਚ ਉਹਨਾਂ ਦੇ ਵੱਲੋਂ ਸਪਸ਼ਟੀਕਰਨ ਵੀ ਦੇਣ ਦੀ ਕੋਸ਼ਿਸ਼ ਕੀਤੀ ਗਈ, ਪਰ ਉਹ ਫਿਰ ਵਿਵਾਦ ਦੇ ਵਿੱਚ ਆਉਂਦੇ ਆਉਂਦੇ ਬਚ ਗਏ। ਪਰ ਜਿਸ ਤਰੀਕੇ ਨਾਲ ਉਹ ਫਿਰ ਪ੍ਰਧਾਨ ਬਣੇ ਆ, ਉਸ ਤੋਂ ਬਾਅਦ ਜਿਹੜੇ ਦੌੜ ਦੇ ਵਿੱਚ ਅੱਧੀ ਦਰਜਨ ਦੇ ਕਰੀਬ ਨਾਂ ਸੀ ਉਹਨਾਂ ਦੇ ਹੌਸਲੇ ਪਸਤ ਹੋਏ ਆ। ਬੀਬੀ ਜਗੀਰ ਕੌਰ, ਜਥੇਦਾਰ ਤੋਤਾ ਸਿੰਘ, ਕਿਰਪਾਲ ਸਿੰਘ ਬਡੂੰਗਰ ਅਤੇ ਕਈ ਹੋਰ ਨਾਂ ਜਿਹੜੇ ਜਿਨ੍ਹਾਂ ਦੇ ਵਿੱਚ ਬਲਵੀਰ ਸਿੰਘ ਘੁੰਨਸੋਰਾਂ ਦਾ ਨਾਂ ਵੀ ਸ਼ਾਮਲ ਹੈ, ਇਹ ਸਾਰੇ ਨਾਵਾਂ ਦੇ ਬਾਬਤ ਰਿਪੋਰਟਾਂ ਆ ਰਹੀਆਂ ਸੀ ਕਿ ਇਹ ਪ੍ਰਧਾਨਗੀ ਦੀ ਦੌੜ ਦੇ ਵਿੱਚ ਸ਼ਾਮਲ ਹੈ, ਪਰ ਗੁਣਾ ਫਿਰ ਗੋਬਿੰਦ ਸਿੰਘ ਲੌਂਗੋਵਾਲ ਦੇ ਉੱਤੇ ਪਿਆ। ਸੋ ਲੌਂਗੋਵਾਲ ਹੋਰਾਂ ਦੇ ਉੱਤੇ ਜ਼ਿੰਮੇਵਾਰੀਆਂ ਅੱਗੇ ਨਾਲੋਂ ਵੀ ਵੱਧ ਨੇ ਕਿਉਂਕਿ ਜੇਕਰ 3ਜੀ ਵਾਰ ਪ੍ਰਧਾਨ ਬਣਾਇਆ ਗਿਆ ਤਾਂ ਕੁਝ ਨਾ ਕੁਝ ਸੋਚ ਕੇ ਬਣਾਇਆ ਗਿਆ ਹੋਊ ਅਤੇ ਜਿਹੜੀਆਂ ਸੋਚਾਂ ਦੇ ਤਹਿਤ ਬਣਾਇਆ ਗਿਆ ਉਹਨਾਂ ਦੇ ਉੱਤੇ ਪੂਰੇ ਖਰੇ ਉਤਰਨਾ ਵੀ ਉਹਨਾਂ ਦੀ ਇੱਕ ਜ਼ਿੰਮੇਵਾਰੀ ਹੈ, ਪਰ ਉਹਨਾਂ ਦੇ ਉੱਤੇ ਖਰੇ ਉਤਰਨੇ ਨਾਲ ਨਾਲ ਸਿੱਖੀ ਦੇ ਪ੍ਰਚਾਰ ਅਤੇ ਪ੍ਰਸਾਰ ਦੀ ਵੀ ਜ਼ਿੰਮੇਵਾਰੀ ਹੈ ਕਿਉਂਕਿ ਸਮੇਂ ਦੇ ਉੱਤੇ ਸ਼੍ਰੋਮਣੀ ਕਮੇਟੀ ਦੇ ਅਕਸ ਦੇ ਉੱਤੇ ਕਈ ਤਰ੍ਹਾਂ ਦੇ ਸਵਾਲ ਖੜ੍ਹੇ ਹੋਏ ਆ। ਕਈ ਵਾਰ ਅਕਸ ਆ ਜਿਹੜਾ ਸ਼੍ਰੋਮਣੀ ਕਮੇਟੀ
ਹੋਰੀਆਂ ਜਿਹੜੇ ਉਹ ਆਪਣੀ ਤਨਦੇਹੀ ਦੇ ਨਾਲ ਡਿਊਟੀ ਨਿਭਾਉਣ, ਵਿਵਾਦਾਂ ਤੋਂ ਪਰੇ ਰਹਿਣ, ਸਿੱਖ ਧਰਮ ਦੇ ਪ੍ਰਚਾਰ ਅਤੇ ਪ੍ਰਸਾਰ ਦੀ ਗੱਲ ਅੱਗੇ ਤੋਂ ਅੱਗੇ ਵਧਾਉਂਦੇ ਰਹਿਣ। ਅਰਬਾਂ ਰੁਪਈਏ ਦੇ ਬਜਟ ਵਾਲੀ ਸ਼੍ਰੋਮਣੀ ਕਮੇਟੀ ਮਨੁੱਖਤਾ ਦੀ ਸੇਵਾ ਦੇ ਲਈ ਅਸਲ ਅਰਥਾਂ ਦੇ ਵਿੱਚ ਕੰਮ ਕਰੇ ਅਤੇ ਸਿਰਫ ਵੱਖ ਵੱਖ ਥਾਵਾਂ ਨੂੰ ਚਮਕਾਉਣ ਦੇ ਲਈ ਨਹੀਂ ਸਗੋਂ ਅਸਲ ਅਰਥਾਂ ਦੇ ਵਿੱਚ ਮਨੁੱਖਤਾ ਦੀ ਸੇਵਾ ਦੇ ਲਈ ਕੰਮ ਕੀਤਾ ਜਾਵੇ। ਇਸ ਗੱਲ ਦੀ ਦੁਨੀਆ ਭਰ ਦੇ ਵਿੱਚ ਵਸਦੇ ਸਿੱਖ ਭਾਈਚਾਰੇ ਦੇ ਵੱਲੋਂ ਇੱਛਾ ਪਾਲੀ ਜਾ ਰਹੀ ਹੈ। ਖਬਰਾਂ ਦੋਸਤੋ ਕਈ ਹੋਰ ਵੀ ਸਨ, ਪਰ ਜੋ ਵਕਤ ਦੀ ਘਾਟ ਹੈ ਇਹ ਰੁਕਣ ਦਾ ਇਸ਼ਾਰਾ ਕਰ ਰਹੀ ਹੈ। ਕੱਲ੍ਹ ਨੂੰ ਇਸੇ ਵੇਲੇ ਖਬਰ ਦੀ ਖਬਰ ਲੈ ਕੇ ਫਿਰ ਹਾਜ਼ਰ ਹੋਵਾਂਗੇ। ਉਦੋਂ ਤੱਕ ਲਈ ਆਗਿਆ ਦਿਓ, ਬਹੁਤ ਬਹੁਤ ਮਿਹਰਬਾਨੀ।